नमस्कार, आप देख रहे हैं फास्ट न्यूज इंडिया। आज अमृतसर के रामतीर्थ में संयुक्त किसान मोर्चे की काल पर आज किसान मजदूर संघर्ष कमेटी ने करीब आसपास के 15 गांवों ने मिलकर केंद्र सरकार और अजय मिश्रा का पुतला फूंककर रोष प्रदर्शन किया। आइए देखते हैं अमृतसर से शमशेर सिंह की खास रिपोर्ट। मोदी सरकार हाँ जी, की नाम जी सर? मेरा नाम अमरपाल सिंह, जोन रामतीर्थ तो खजानची। हाँ जी, की गया प्रोग्राम सा? ये जी मोदी सरकार का साढ़े रामतीर्थ जोन वालों पुतला फूकया गया रामतीर्थ चौंक के जड़ा वा। ये मोदी सरकार का अजय मिश्रा का जिहड़ा लखीनपुर खेरी का दोषी आ, जिन्हें गड्डी चढ़ाई सी किसानां दे उत्ते ते साडे किसान उत्ते शहीद कीते सी। ते मोदी सरकार ने कहा सीगा भी असीं इहनूं बरतरफ करदे आ सरकार दे विचों, ते नाले जिहड़ा वा सजा दोषियां नूं ढुगियां सजावां देवांगे। पर मोदी ने अजे तक इहनूं बरतरफ नहीं कीता गया, उहदे रोस वजों जिहड़ा वा उह अज पुतला फूकिया गया। ਕਿਹੜੇ ਕਿਹੜੇ ਪਿੰਡਾਂ ਦੇ ਆਏ ਗਏ ਜੀ? ਇਹ ਸਾਡੇ ਜੋਨ ਦੇ ਜਿਹੜੇ ਆ 15 ਪਿੰਡ ਨੇ, 15 ਪਿੰਡਾਂ ਦੇ ਆਗੂ ਕਿਸਾਨ ਆਗੂ ਹਾਜ਼ਰ ਨੇ। ਹਾਂਜੀ, ਕੀ ਨਾਮ ਜੀ ਆਪਣਾ ਜੀ? ਮੈਂ ਜੀ ਜੋਨ ਜੋਨ ਦਾ ਰਾਮਤੀਰਥ ਦਾ ਸਕੱਤਰ ਨਰਿੰਦਰ ਸਿੰਘ ਭੇਟੇਵੜ ਜੀ। ਅਤੇ ਇਹ ਜਿਹੜਾ ਆਪਾਂ ਅੱਜ ਰਾਮਤੀਰਥ ਜੋਨ ਦੇ ਸਾਰੇ ਪਿੰਡਾਂ ਨੇ ਇੱਥੇ ਇਕੱਠਿਆਂ ਹੋ ਕੇ ਜਿਹੜਾ ਪੁਤਲਾ ਮੋਦੀ ਸਰਕਾਰ ਦਾ ਸਾੜਿਆ ਆ, ਇਹ ਕੋਈ ਸਾਡਾ ਸ਼ੌਂਕ ਨਹੀਂ ਆ, ਕੋਈ ਸਾਨੂੰ ਚਾਅ ਨਹੀਂ ਆ, ਜਾਂ ਅਸੀਂ ਵਿਹਲੇ ਨਹੀਂ ਆ। ਇਹ ਸਾਡੀਆਂ ਇੱਕ ਸਰਕਾਰਾਂ ਨੇ ਮਜਬੂਰੀਆਂ ਬਣਾਈਆਂ ਨੇ ਵੀ ਦਿੱਲੀ ਜੋ ਸਾਡੇ ਨਾਲ ਇਹਨਾਂ ਨੇ ਸਮਝੌਤੇ ਕੀਤੇ ਸੀ, ਉਹਨਾਂ ਸਮਝੌਤਿਆਂ ਦੇ ਜੇ ਪੂਰੇ ਨਹੀਂ ਉਤਰੇ, ਕਿਸਾਨਾਂ 'ਤੇ ਜਿਹੜੇ ਇਹਨਾਂ ਨੇ ਪਰਚੇ ਪਾਏ ਸੀ ਉਹ ਇਹਨਾਂ ਨੇ ਪਰਚੇ ਰੱਦ ਕਰਨਾ ਕੀਤਾ ਸੀ, ਉਹ ਵੀ ਅਜੇ ਜਿਹੜਾ ਉੱਦਾਂ ਦਾ ਉੱਦਾਂ ਹੀ ਆ। ਅਤੇ ਇੱਕ ਇਹਨਾਂ ਨੇ ਜਿਹੜਾ MSP ਦੀ ਗਰੰਟੀ ਦਾ ਮਤਲਬ ਵਿਸ਼ਵਾਸ ਦਵਾਇਆ ਸੀ, ਉਹ ਵੀ ਉੱਦਾਂ ਹੀ ਪੈਂਡਿੰਗ ਪਿਆ ਆ। ਅਤੇ ਇੱਕ ਲਖੀਰਪੁਰ ਖੀਰੀ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਅਜੇ ਮਿਸ਼ਰੇ ਨੇ, ਉਹਦੇ ਬੇਟੇ ਨੇ ਜਿਹੜੇ ਆ ਗੱਡੀਆਂ ਚਾੜ ਕੇ ਉਹਨਾਂ ਦੀਆਂ ਜਾਨਾਂ ਲਈਆਂ ਨੇ, ਕਿਸਾਨਾਂ ਨੂੰ ਸ਼ਹੀਦ ਕੀਤਾ ਆ। ਉਹਨਾਂ ਦੇ ਵਿੱਚ ਆਪਾਂ ਮੋਦੀ ਦਾ ਅਤੇ ਅਜੇ ਮਿਸ਼ਰੇ ਦੇ ਬੇਟੇ ਦਾ ਅਤੇ ਅਜੇ ਮਿਸ਼ਰੇ ਦਾ ਜਿਹੜਾ ਪੁਤਲਾ ਆ ਇਹ ਸਾੜਿਆ ਗਿਆ ਹੈ। ਇਹ ਸਾਰੇ ਸ਼ਹਿਰਾਂ 'ਚ ਸਾੜਿਆ ਗਿਆ ਕਿ ਕੋਈ ਸ਼ਹਿਰ ਸਾੜਿਆ ਗਿਆ ਜੀ? ਹਾਂਜੀ, ਇਹ ਮਤਲਬ ਸੰਯੁਕਤ ਮੋਰਚੇ ਵੱਲੋਂ ਕੌਲ ਆਈ ਸੀ, ਇਹ ਮਤਲਬ ਸਾਰੇ ਸ਼ਹਿਰਾਂ 'ਚ ਪਿੰਡਾਂ ਪਿੰਡਾਂ 'ਚ ਵੀ ਸਾੜੇ ਗਏ ਨੇ, ਬਹੁਤ ਹੀ ਜਗ੍ਹਾ 'ਤੇ ਜਿਹੜੇ ਆ ਪੁਤਲੇ ਆ ਸਰਕਾਰ ਦੇ ਸਾੜੇ ਗਏ। ਹਾਂਜੀ, ਮੇਰਾ ਨਾਮ ਸਕੱਤਰ ਸਿੰਘ ਕੋਟਵਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਮੇਟੀ ਆ। ਕੀ ਕੀਤਾ ਗਿਆ ਪ੍ਰੋਗਰਾਮ ਜੀ ਤੁਹਾਨੂੰ ਅੱਜ? ਜੀ ਜਿਹੜਾ ਅਸੀਂ ਆ ਪੁਤਲਾ ਸਾੜਿਆ ਮੋਦੀ ਦਾ, ਇਹ ਇਹਨੇ ਵਿਸ਼ਵਾਸਘਾਤ ਕੀਤਾ, ਇਹ ਸਾਡੀਆਂ ਜਿਹੜੀਆਂ ਮੰਗਾਂ ਕਹੀਆਂ ਸੀ ਵੀ ਧਰਨਾ ਉਠਾ ਲਓ, ਇਹ ਤੁਹਾਡੀਆਂ ਮੰਗਾਂ ਸਾਰੀਆਂ ਜਿਹੜੀਆਂ ਮੰਗੀਆਂ ਜਾਣਗੀਆਂ। ਜਿਹੜੀਆਂ ਮੰਗਾਂ ਮੁੱਖ ਮੰਗ ਸੀ ਸਾਡਾ ਇੱਕ ਦਿਲ ਖੀਰਪੁਰ ਖੀਰੀ ਵਾਲਾ ਜਿਹੜਾ ਸਾਡਾ ਉਹ ਜਿਹੜੇ ਕਿਸਾਨ ਲੜੇ ਗਏ ਆ, ਉਹਨਾਂ ਨੂੰ ਸਜਾਵਾਂ ਦਾ ਮਸਲਾ ਸੀ, ਦੂਜਾ ਮਾਜਵੇ ਦਾ ਮਸਲਾ ਸੀ, ਤੀਜਾ ਸਾਡਾ MSP ਦਾ ਕਿਹਾ ਵੀ ਲੀਗਲ ਗਰੰਟੀ ਦੇਵਾਂਗੇ, ਕੋਈ ਗਰੰਟੀ ਦਿੱਤੀ, ਸਰਕਾਰ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ। ਉਸ ਵਿਸ਼ਵਾਸਘਾਤ ਦੇ ਵਿੱਚ ਅਸੀਂ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਆਪਣੇ ਜਿਹੜੇ ਪੁਤਲੇ ਇਹਨਾਂ ਦੇ ਸਾੜੇ ਗਏ ਮੋਦੀ ਦੇ, ਉਨਾ ਚਿਰ ਸਾੜਾਂਗੇ, ਉਨਾ ਚਿਰ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਗੀਆਂ ਨਹੀਂ ਜਾਂਦੀਆਂ। ਚਾਹੇ ਲਖੀਮਪੁਰ ਖੀਰੀ ਵਾਲੇ ਜਿਹੜਾ ਕਾਂਡ ਕੀਤਾ ਉਹਨਾਂ ਨੂੰ ਸਜਾਵਾਂ, ਅਜੇ ਮਿਸ਼ਰਾ ਅਤੇ ਉਹਦਾ ਜਿਹੜਾ ਪੁੱਤਰ ਆ ਉਹ 'ਤੇ ਪਰਚਾ ਕਰਕੇ ਦਰਜ ਕਰਕੇ ਉਹਨੂੰ ਅੰਦਰ ਨਹੀਂ ਦਿੱਤਾ ਜਾਂਦਾ, ਅਜੇ ਮਿਸ਼ਰਾ ਨੂੰ ਵੀ ਬਰਖਾਸਤ ਨਹੀਂ ਕੀਤਾ ਜਾਂਦਾ।
ਚਾਹੇ MSP ਦੀ ਲੀਗਲ ਗਰੰਟੀ ਨਹੀਂ ਦਿੰਦੀ ਉਹਨਾਂ ਚਿਰ ਸਾਡਾ ਧਰਨ ਜਿਹੜਾ ਜਾਰੀ ਹੋਊਗਾ। ਅਸੀਂ ਕਿਹੜੀ ਜਗ੍ਹਾ ਪੁਤਲਾ ਸਾੜਿਆ ਗਿਆ ਇਹ ਜੀ? ਰਾਮਤੀਰ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਪੁਤਲਾ ਸਾੜਿਆ ਅਤੇ ਸਾਡਾ ਬਹੁਤ ਜਗ੍ਹਾ ਜਿਹੜਾ ਪੁਤਲੇ ਪੂਰੇ ਪੰਜਾਬ ਦੇ ਵਿੱਚ ਸਾੜੇ ਗਏ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਪੰਜਾਬ ਵੱਲੋਂ ਅਤੇ ਲਗਾਤਾਰ ਵਿਰੋਧ ਸਾਡਾ ਜਾਰੀ ਜਿੰਨਾ ਚਿਰ ਸਾਡੇ ਮਸਲੇ ਹੀ ਹੱਲ ਗਏ BJP ਦਾ ਵਿਰੋਧ ਜਾਰੀ ਰਹੇ। ਹਾਂ ਥੋੜ੍ਹੇ ਦਿਨ ਹੋਏ ਪਹਿਲੇ ਵੀ ਪੁਤਲਾ ਸਾੜਿਆ ਗਿਆ ਸੀ ਅਤੇ ਉਦੋਂ ਵੀ ਕਿਤੇ ਪਿਛਲੇ 29 ਸਾਡਾ ਜਨਵਰੀ ਨੂੰ ਪੁਤਲਾ ਸਾੜੇ 29 ਜਨਵਰੀ ਨੂੰ ਸਾਡੇ ਉੱਥੇ ਦਿੱਲੀ ਦੀ ਜਿਹੜੀ ਸਿੰਘੂ ਦੀ ਸਟੇਟ ਸੀ ਉੱਥੇ BJP ਦੇ ਜਿਹੜੇ ਗੁੰਡੇ ਸੀ ਉੱਥੋਂ ਦਾ ਪ੍ਰਦੀਪ ਖੱਤਰੀ ਅਤੇ ਨਾਲ ਹੋਰ ਜਿਹੜੇ ਉੱਥੇ MLA ਸੀ ਉਹਨਾਂ ਨੇ ਸਾਡੀ ਸਟੇਟ ਦੇ ਉੱਤੇ ਗੁੰਡਿਆਂ ਨੇ ਹਮਲਾ ਕੀਤਾ ਸੀ। ਉਹ ਹਮਲਿਆਂ ਦੇ ਜਿਹੜਾ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਉਹਨਾਂ ਦੇ ਪਰਚੇ ਦਰਜ ਨਹੀਂ, ਉਹ ਅੱਜ ਵੀ ਉਸ ਤਰ੍ਹਾਂ ਘੁੰਮ ਰਹੇ ਆ ਜਿਹੜੇ ਪ੍ਰਦੀਪ ਖੱਤਰੀ ਆ, ਉਹਨਾਂ ਦੇ ਵਿਰੋਧ ਕਰਕੇ ਹੀ ਉੱਥੇ ਪੁਤਲਾ ਸਾੜਿਆ ਜਿਹੜਾ ਲੱਗੀ ਸੀ। ਅਤੇ ਅੱਜ ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ਜਿਹੜੀ ਕੌਲ ਆਈ ਆ ਪੂਰੇ ਭਾਰਤ ਦੇ ਵਿੱਚ ਅੱਜ ਉਸ ਰੋਸ ਮਾਰਗ ਦੇ ਪੁਤਲਾ ਸਾੜਿਆ। ਕਿੰਨੇ ਸਿੰਘ ਆਪਣੇ ਸ਼ਹੀਦ ਹੋਏ ਗਏ ਜੀ ਉੱਥੇ ਜੀ? ਲਗਭਗ 750-800 ਸਾਡਾ ਉੱਥੇ ਸਿੰਘ ਜਿਹੜਾ ਸ਼ਹੀਦ ਹੋਇਆ, ਉਹਨਾਂ ਨੂੰ ਮਾਜਵਾ ਨਹੀਂ ਮਿਲਿਆ ਅਤੇ ਨਾ ਹੀ ਨੌਕਰੀਆਂ ਸਾਰੇ ਪਰਿਵਾਰਾਂ ਨੂੰ। ਧੰਨਵਾਦ।